اللہ الرحمن الرحیم. السلام علیکم. اللہ کی رحمت کرم اور فضل کے ساتھ آج کا ویڈیو کا آغاز کرتے ہیں دوستو. جیسے کہ آپ جانتے ہیں کہ آج ہم نے اج اسی اپنی زمین دے وچ نا پٹھے کڈن جا رہے ہیں مال واسطے. تو اسی پرانے پھرتا پر جا کے ہوں ہلاں پاؤنیا نے. ہلاں پا کے سہاگا پاؤنا, بنو پاؤنا, تو حویلی چ بیج چک کے تو پھر اسی نکل جانا ہے زمین واؤن واسطے, پٹھے کڈن واسطے. میرے نال ویڈیو نہ دوستو اینڈ تک بنے رہا جی, تمہیں پورا پروسیس دکھاؤنے اسی آج. اینڈ تے میرے چینل کو سبسکرائب کرے اور لائک کرے اور شیئر کرے آج. بہت شکریہ. ہاں جی, بیبو اسی لگ لیا تے ہوں اسی جان لگے ہیں سہاگا پاؤن واسطے. ਇਹਨਾਂ ਜੀ ਹੱਲਾਂ ਦੇ ਉੱਤੇ ਲਾਇਆ ਰੇਜ਼ਰ, ਅਤੇ ਵਾਲਾ ਸਾਹਿਬ ਮੇਰੇ ਜਿਹੜੇ ਨੇ ਨਾ ਇਹ ਲਾ ਰਹੇ ਨੇ ਹੁਣ ਹੱਲਾਂ ਦੇ ਵਿੱਚ ਰੇਜ਼ਰ. ਜਿੱਦਾਂ ਬੰਨਿਆ ਨਾ ਜਿਹੜਾ ਬੰਨੂ ਨੂੰ ਸੰਗਲ ਮਾਰਨ ਡੇ ਨੇ ਵੀ ਚਲੇ ਡੇਢ ਮੈਂ ਜਾਂਦਾ. ਠੀਕ ਹੈ, ਹੁਣ ਬੰਨੂ ਪਾ ਕੇ ਸੁਹਾਗਾ ਪਾ ਕੇ ਅਤੇ ਅਸੀਂ ਜ਼ਮੀਨ ਨੂੰ ਨਿਕਲ ਜਾਣਾ. ਅਤੇ ਅੱਗੇ ਤੁਹਾਨੂੰ ਵਿਖਾਉਂਦੇ ਹਾਂ ਸਾਰੀ ਕਾਰਵਾਈ ਜੋ ਹੈਗੀ ਨਾ. ਉਹ ਸੰਗਲ ਨਹੀਂ ਪੈਣ ਡਿਆ, ਇਹ ਮੁਸ਼ਕਿਲ ਬੜੀ ਹੋਤੀ, ਬੜੀ ਜੀ ਜਗ੍ਹਾ ਤੰਗ ਹੈ ਅਤੇ ਸੰਗਲ ਮੋਟਾ ਹੈ. ਫਸ ਜਾਣਾ ਬਸਾਤ ਦੇਣੀ ਹੀ, ਫਿਰ ਮੈਂ ਫਸ ਗਿਆ ਜੇ ਉਹ ਇਹ ਪਾ ਦੇਣੀ ਜੀ ਕਿੱਲੀ. ਉਸ ਤੋਂ ਬਾਅਦ ਇਹਨਾਂ ਨੇ ਜੀ ਚਲੇ ਜਾਣਾ ਅਸੀਂ ਉਸ ਸਾਈਡ 'ਤੇ. ਸੁਹਾਗਾ ਕਿੱਥੇ ਪਿਆ? ਹੋ ਹਾਂਜੀ. ਅਤੇ ਮੇਰੇ ਵੀਰੋ ਅਸੀਂ ਬੰਨਾ ਹੱਲਾਂ ਵੀ ਪਾ ਲਈਆਂ ਜੇ, ਹੁਣ ਅਸੀਂ ਦਰਿਆ ਦੀ ਜਿਹੜਾ ਬੰਨ ਉਤਰਨ ਲੱਗੇ ਹਾਂ, ਦਰਿਆ ਦਾ ਬੰਨ ਉਤਰਨ ਲੱਗੇ ਹਾਂ. ਹੱਲਾਂ ਵੀ ਪਾ ਲਈਆਂ, ਬੰਨੂ ਹਰ ਸ਼ਾਇਦ ਅਸੀਂ ਕਲੀਅਰ ਕਰ ਲਿਆ, ਹੁਣ ਅਸੀਂ ਜ਼ਮੀਨ ਵੱਲ ਤੁਰ ਪਏ ਹਾਂ. ਅਤੇ ਮੈਨੂੰ ਵੀਡੀਓ ਦੇ ਐਂਡ ਤੀਕਰ ਬਣਿਆ ਰਿਹਾ ਜੀ, ਤੁਹਾਨੂੰ ਸਾਰਾ ਦਿਖਾਵਾਂਗੇ. ਹਾਂਜੀ, ਅਤੇ ਮੇਰੇ ਵੀਰੋ ਅਸੀਂ ਆਪਦੀ ਜ਼ਮੀਨ 'ਚ ਪਹੁੰਚ ਗਏ ਹਾਂ ਹੁਣ. ਅਤੇ ਇਨਸ਼ਾਅੱਲਾ ਹੁਣ ਅਸੀਂ ਜਿਹੜੀ ਹੈ ਨਾ ਕਲਟੀਵੇਟਰ ਫੇਰਨ ਲੱਗੇ ਹਾਂ ਜ਼ਮੀਨ ਦੇ ਵਿੱਚ. ਇਸ 'ਚ ਅਸੀਂ ਫੇਰਨੇ ਕਿਹਨੀ ਆ, ਸਾਰੀ ਜ਼ਮੀਨ ਸਾਡੀ ਨਾ ਅੱਗੇ ਲੇਵਲ ਕਰਾ ਫਿਰਿਆ ਹੋਇਆ, ਇਹਦੇ ਅਸੀਂ ਫੇਰਨੀ ਕੋਈ ਹੈਗੀ. ਸਾਰੀ ਜ਼ਮੀਨ 'ਚ ਲੇਵਲ ਕਰਾ ਫਿਰਿਆ, ਟੋਟਲ ਜ਼ਮੀਨ ਜੋ ਸਾਡੀ ਮੂੰਜੀ ਵਾਸਤੇ ਪਨੀਰੀ ਕੱਢੀ ਹੋਈ ਹੈ. ਇੱਥੇ ਹੁੰਦਾ ਵਾਲਟੀਓ, ਇੱਥੇ ਵਾਲਟੀਓ ਹੁੰਦਾ. ਹਾਂ, ਲੋਕਾਂ ਨੇ ਇਹੀ ਪੁਣਿਆ ਕਿੱਥੋਂ ਲਿਆਉਂਦਾ ਟਰੈਕਟਰ ਇਹ. 3600 ਬੰਦਿਆਂ ਨੇ ਸਵਾਲ ਪੁੱਛਣੇ, ਡੱਕ ਡੱਕ ਕੇ ਵੇਖਣਾ ਅਸੀਂ.
ਅਸੀਂ ਜਨਾਬ ਸਲਾਹ ਬਣਾ ਰਹੇ ਹਾਂ 640 ਨੂੰ ਸੇਲ ਕਰਕੇ YTO 604 ਲੈ ਕੇ ਆਉਣ ਦੀ, ਕਿਉਂ 4x4 ਟਰੈਕਟਰ ਹੈ ਅਤੇ ਮਾਸ਼ਾਅੱਲਾ ਬੜੀ ਅੱਛੀ ਪਰਫੋਰਮੈਂਸ ਹੈ ਉਹਦੀ ਅਤੇ ਬੜਾ ਤਾਕਤਵਰ ਟਰੈਕਟਰ, 75-85 ਹਾਰਸ ਪਾਵਰ ਨੂੰ ਉਹ ਮੂੰਹ 'ਚ ਪਾਉਂਦਾ ਹੈ। ਉਹ 60 ਹਾਰਸ ਪਾਵਰ ਲੇਕਿਨ 85 ਹਾਰਸ ਪਾਵਰ ਨੂੰ ਮੂੰਹ 'ਚ ਪਾਉਂਦਾ ਉਹ ਟਰੈਕਟਰ। ਇੱਕ ਤਾਂ ਇਹ ਚੀਜ਼ਾਂ ਪਾਕਿਸਤਾਨ ਦੇ ਵਿੱਚ ਮੇਡ ਇਨ ਪਾਕਿਸਤਾਨ ਬਣੇ ਹੋਏ ਨੇ ਟਰੈਕਟਰ, ਇਹ ਅਤੇ ਇੰਨੇ ਖਾਸ ਕੋਈ ਨਹੀਂ ਹੈ, ਜਦੀਦ ਤਰੀਨ ਵਾਲੇ ਜਿਹੜੇ ਹੁੰਦੇ ਨੇ ਉਹ ਗੱਲ ਕੋਈ ਨਹੀਂ ਹੈ ਇਹਨਾਂ ਵਿੱਚ। ਅਤੇ ਮਾਸ਼ਾਅੱਲਾ ਜਿਹੜੇ ਦੂਸਰੇ ਟਰੈਕਟਰ ਨੇ ਤਾਂ ਬੜੇ ਹਾਈ ਕਲਾਸ ਲੈ ਬੰਦ ਹੋ ਗਿਆ ਜੀ। ਇੱਥੇ ਲਾਉਣੀਆਂ ਨੇ ਪਹਿਲੀ ਵਾਰੀ ਬੰਦਾ ਵਾਹਵਾ ਤਾਂ ਐਵੇਂ ਹੁੰਦਾ, ਜਦੋਂ ਦੱਸਣਾ ਤਾਂ ਫੇਰ ਹੀ ਪਤਾ ਲੱਗਣਾ। ਸਾਡੀ ਜ਼ਮੀਨ ਵਹਿਣੀ ਸ਼ੁਰੂ ਹੋ ਗਈ ਹੈ ਮੇਰੇ ਵੀਰੋ, ਅਤੇ ਜ਼ਮੀਨ 'ਚ ਬਹੁਤ ਜ਼ਿਆਦਾ ਵੱਤਰ ਹੈ, ਬਿਲਕੁਲ ਗਿੱਲੀ ਜ਼ਮੀਨ ਹੈ, ਯਾਨੀ ਇੰਨਾ ਵੱਤਰ ਨਹੀਂ ਹੋਣਾ ਚਾਹੀਦਾ ਜਿੰਨਾ ਵੱਤਰ ਹੈਗਾ ਜ਼ਮੀਨ 'ਚ, ਬਹੁਤ ਜ਼ਿਆਦਾ ਵੱਤਰ ਹੈ ਯਾਰ ਜ਼ਮੀਨ ਦੇ ਵਿੱਚ। ਹੈਲੋ ਲਾਲਾ, ਬਸ ਆ ਬਸ Thank you.
ہاں جی، تو میرے ویرو زمین وہ چکی ہے، ایک کلا وہ چکا ہے۔ وہ سارا ملازم ہے اس ٹائم، ہوں 20 سیٹ رہا ویکھ سکتے ہو تھی، ملازم سارا 20 سیٹ رہا۔ ساجد کا نام ہے، تو یہ پھر کرن تو بعد سہاگا پھیرا گے۔ ہوں دوسرے کلے جڑی حال کلٹیویٹر یعنی شروع کرتا ہے، دوسرے کلے کلٹیویٹر مارنا شروع کرتا ہے۔ یہ 7 کلے لان دے وچ نے ادھروں، تو ادھروں ہی سارا کر کے 7-8 کلے ادھر نے، تو 2 کلے ادھر ہی سائڈ تے نے۔ یہ سارے اسی کور کر کے، تو اسی اندے وچ باجرہ کڈیا، چری کڈی ہے اندے وچ، اس کلے وچ چری کڈی ہے، تو اے کلے وچ اسی کڈنی ہے مکئی پٹھیاں والی۔ یہ پٹھیاں والی مکئی کڈنی ہے، اے ساڈی مکئی رکھی پئی ہے جی، اتھے مکئی کڈنی ہے، تو اتھے چری کڈی ہے۔ جدو سہاگا مار لیں گے تو دہاں گے جی۔ ہاں جی، تو میرے ویرو اسی حلاں ہی واہ لیا نے، تو چارے نکراں کڈنیاں سی، 7 کلے آنیا وہ بھی اسی کڈ لیا نے، تو ہوں اسی چلے ہاں جی گھر۔ تو اگر دوستو تھانوں ساڈی یہ ویڈیو اچھی لگی ہے، تو ساڈے چینل نوں لائک کرو، سبسکرائب کرو، تو اپنے تمام دوستاں نال اگے شیئر کرو۔ بہت بہت شکریہ دوستو، السلام علیکم۔